ਪੰਜਾਬ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਵੱਲੋਂ ਲੁਧਿਆਣਾ ਗੈਂਗਰੇਪ ਮਾਮਲੇ ਨੂੰ ਲੈ ਕੇ ਮੁੱਲਾਪੁਰ ਤਾਖਾ ਥਾਣੇ ਵਿਖੇ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ। ਇਸ ਦੌਰਾਨ ਉਨ੍ਹਾਂ ਕਿਹਾ ਕਿ ਇਸ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਸਾਰੇ ਹੀ ਆਰੋਪੀਆਂ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਉਨ੍ਹਾਂ ਕਿਹਾ ਕਿ ਔਰਤਾਂ ਲਈ ਇੱਕ ਨਵੀਂ ਪਾਲਿਸੀ ਬਣਾਈ ਜਾ ਰਹੀ ਹੈ ਜਿਸ ਵਿੱਚ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਦਾ ਵੀ ਅਹਿਮ ਰੋਲ ਹੋਵੇਗਾ। ਉੱਥੇ ਹੀ ਪੀੜਿਤ ਲੜਕੀ ਦੇ ਬਿਆਨਾਂ ਤੇ ਹੋਈ FIR ਵਿੱਚ 11 ਲੋਕਾਂ ਦੇ ਨਾਮ ਹੋਣ ਤੇ ਪੁੱਛੇ ਗਏ ਸਵਾਲ ਤੇ ਉਨ੍ਹਾਂ ਕਿਹਾ ਕਿ ਇਸ ਬਾਰੇ 'ਚ ਅਜੇ ਪੂਰੀ ਜਾਣਕਾਰੀ ਨਹੀਂ ਮਿਲੀ, ਪਰ ਪੁਲਿਸ ਵੱਲੋਂ 6 ਆਰੋਪੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਜੋ ਬਾਕੀ ਦੋਸ਼ੀ ਹੋਣਗੇ ਉਨ੍ਹਾਂ ਨੂੰ ਵੀ ਜਲਦੀ ਗ੍ਰਿਫਤਾਰ ਕਰ ਲਿਆ ਜਾਵੇਗਾ। ਦੇਖਿਏ, ਇਹ ਇੱਕ ਬੜਾ ਹੀ ਸੰਵੇਦਨਸ਼ੀਲ ਮੁੱਦਾ ਹੈ ਵਿਮਨ ਸੁਰੱਖਿਆ ਕੋ ਲੈ ਕੇ, ਪਰ ਇਹ ਜੋ ਹੁਆ ਹੈ ਇਹ ਇੱਕ ਜੋੜਨੇ ਵਾਲਾ ਕਾਂਡ ਹੁਆ ਹੈ। ਇਹ ਪਹਿਲੇ ਹਮ ਯੂਪੀ ਬਿਹਾਰ ਮੇਂ ਸੁਣਤੇ ਥੇ ਕਿ ਐਸੇ ਕਾਮ ਹੋਤੇ ਹੈਂ, ਗੈਂਗ ਰੇਪ, ਆਪਣੇ ਆਪ ਮੇਂ ਇਹ ਸ਼ਬਦ ਸੁਣ ਕੇ ਹੀ ਇੱਕ ਡਰ ਸਾ ਪੈਦਾ ਹੋ ਜਾਤਾ ਹੈ। ਔਰ ਇਹ ਜੋ ਹਮਾਰੇ ਪੰਜਾਬ ਮੇਂ ਹੁਆ ਹੈ, ਇਹ ਬੜਾ ਹੀ ਇੱਕ ਦਰਦਨਾਕ, ਹਰ ਪਰਿਵਾਰ ਹਿਲਾ ਹੁਆ ਹੈ, ਜਿਸਕੇ ਘਰ ਮੇਂ ਬੇਟੀ ਹੈ, ਹਰ ਔਰਤ ਹਿਲੀ ਹੋਈ ਹੈ। ਤੋ ਮੈਂ ਕਿਹਾ ਪੂਰੀ ਪੰਜਾਬ ਕੀ ਪੁਲਿਸ ਵੀ, ਈਵਨ ਆਜ ਮੇਰੀ ਮੁੱਖ ਮੰਤਰੀ ਸੇ ਬਾਤ ਹੋਈ ਹੈ ਇਸ ਸਿਲਸਿਲੇ ਮੇਂ, ਬਹੁਤ ਹੀ ਸੰਜੀਦਾ ਹੈ, ਸਭ ਨੇ ਪੈਨੀ ਨਜ਼ਰ ਬਣਾਈ ਹੋਈ ਹੈ ਇਸ ਮੁੱਦੇ ਪੇ। ਔਰ ਹਮਾਰਾ ਅਬ ਮੇਨ ਫੋਕਸ ਹੀ ਇਹ ਹੈ ਕਿ ਜਲਦ ਸੇ ਜਲਦ ਹਮਾਰੀ ਪੁਲਿਸ ਇਨਕਾ ਚਲਾਨ ਪੇਸ਼ ਕਰਕੇ ਇਨਕੋ ਕੋਰਟ ਮੇਂ ਪੇਸ਼ ਕਰੇ ਔਰ ਇਹਨੇ ਕੜੀ ਸੇ ਕੜੀ ਸਜ਼ਾ ਦਿਲਵਾਈ ਜਾਏ। ਈਵਨ ਅਗਰ ਕਮਿਸ਼ਨ ਕੋ ਵੀ ਕੋਰਟ ਮੇਂ ਜਾਣਾ ਪੜਾ, ਕਮਿਸ਼ਨ ਜਾਏਗਾ, ਹਮ ਨਾ ਇਹ ਪੁਲਿਸ ਕਾ ਪਿੱਛਾ ਛੋੜਨੇ ਵਾਲੇ ਹੈ। ਇੱਕ ਹਫ਼ਤੇ 10 ਦਿਨ ਕੇ ਅੰਦਰ ਅੰਦਰ ਆਜ ਮੁੱਖ ਮੰਤਰੀ ਨੇ ਵੀ ਮੇਰੇ ਸੇ ਵਾਅਦਾ ਕੀਆ ਹੈ ਕਿ ਕੜੀ ਸੇ ਕੜੀ ਸਜ਼ਾ ਦਿਲਵਾਏਂਗੇ ਇਨਕੋ ਜਲਦ ਸੇ ਜਲਦ ਇਨਕਾ, ਤਾਂ ਕਿ ਇੱਕ ਡਰ ਐਸੇ ਅਪਰਾਧੀਓ ਕੇ ਦਿਲ ਮੇਂ ਡਰ ਪੈਦਾ ਹੋ ਸਕੇ, ਆਗੇ ਸੇ ਕੋਈ ਐਸਾ ਕਾਮ ਕਰਨੇ ਕੀ ਜੁਰਤ ਵੀ ਨਾ ਕਰ ਸਕੇ ਕਿ ਅਭੀ ਜੋ ਕੁਛ ਹੁਆ ਹੈ। ਅਬ ਚਲੋ ਇਹ ਜਿਨ ਵੀ ਹਾਲਾਤ ਮੇਂ ਹੁਆ ਹੈ, ਅਬ ਪੁਲਿਸ ਕੋ ਵੀ ਇਸਮੇਂ ਆਪਣੀ ਮੁਸਤੈਦੀ ਦਿਖਾਨੀ ਪੜੇਗੀ, ਪੈਟਰੋਲਿੰਗ ਬੜਾਨੀ ਪੜੇਗੀ। ਔਰ ਮੈਂ ਅਬ ਲੁਧਿਆਣਾ ਕੀ ਬਾਤ ਨਹੀਂ ਕਰਤੀ, ਪੂਰੇ ਪੰਜਾਬ ਮੇਂ ਜਿਤਨੇ ਸੈਂਸਿਟਿਵ ਜ਼ੋਨ ਹੈ, ਐਸੇ ਏਰੀਆ ਹੈ ਜਹਾਂ ਪਰ ਗਸ਼ਤ ਕੀ ਜ਼ਿਆਦਾ ਜ਼ਰੂਰਤ ਹੈ, ਨਾਕੋ ਕੀ ਜ਼ਿਆਦਾ ਜ਼ਰੂਰਤ ਹੈ, ਹਮ ਸਭ ਕੁਛ ਐਸਾ ਕਰੇਂਗੇ, ਹਮਾਰੀ ਬੜੀ ਪੈਨੀ ਨਜ਼ਰ ਰਹਿਣੇ ਵਾਲੀ ਹੈ। ਆਜ ਮੁੱਖ ਮੰਤਰੀ ਕਾ ਵੀ ਮੈਂ ਸੰਦੇਸ਼ ਲੈ ਕੇ ਆਈ ਹੂੰ, ਵੋ ਵੀ ਇਸ ਮਾਮਲੇ ਕੋ ਲੈ ਕੇ ਬਹੁਤ ਜ਼ਿਆਦਾ ਸੰਜੀਦਾ ਹੈ, ਇਨ ਆਫਿਸਰਸ ਕੇ ਡੇਲੀ ਟੱਚ ਮੇਂ ਹੈ, ਵੋ ਯੇ ਰਿਪੋਰਟਿੰਗ ਕਰ ਰਹੇ ਹੈ ਔਰ ਵੋ ਉਨਕੀ ਵੀ ਇੰਸਟ੍ਰਕਸ਼ਨਸ ਯਹੀ ਹੈ ਕਿ ਜਲਦ ਸੇ ਜਲਦ ਇਨ ਅਪਰਾਧੀਓ ਕੋ ਪਕੜ ਕੇ ਇਨਕਾ ਚਲਾਨ ਪੇਸ਼ ਕੀਆ ਜਾਏ। ਔਰ ਮੀਟਿੰਗਸ ਚੱਲ ਰਹੀ ਹੈ ਕਿ ਵੁਮੈਨ ਸੁਰੱਖਿਆ ਕੋ ਲੈ ਕੇ ਔਰ ਕਿਆ ਕਦਮ ਸਟਰੋਂਗ ਉਠਾਏ ਜਾ ਸਕਤੇ ਹੈ। ਔਰ ਉਨ੍ਹੋਂਨੇ ਹਮਸੇ ਵੀ ਵਾਅਦਾ ਕੀਆ ਹੈ, ਹਮਾਰੀ ਕਮਿਸ਼ਨ ਕੋ ਵੀ ਆਜ ਉਨ੍ਹੋਂਨੇ ਬੋਲਾ ਕਿ ਆਪਕੋ ਵੀ ਫ੍ਰੀ ਹੈਂਡ ਹੈ, ਅਗਰ ਕੋਈ ਪੁਲਿਸ ਅਧਿਕਾਰੀ ਇਨਗੈਲੀ ਕਰਤਾ ਹੁਆ ਪਾਇਆ ਜਾਤਾ ਹੈ ਜਾਂ ਕੋਈ ਆਪਕੋ ਲਗਤਾ ਹੈ ਕਿ ਕਿਸੀ ਕੇ ਸਾਥ ਨਿਆਏ ਨਹੀਂ ਹੋ ਰਹਾ, ਆਪਕੋ ਫ੍ਰੀ ਹੈਂਡ ਹੈ, ਆਪ ਵੀ ਉਸੇ ਸਸਪੈਂਡ ਕਰ ਸਕਤੇ ਹੋ, ਆਪ ਹਮਾਰੇ ਪਾਸ ਉਸਕੀ ਇਨਫੋਰਮੇਸ਼ਨ ਆਪ ਇਮੀਡੀਏਟਲੀ ਦੇਂਗੇ। ਠੀਕ ਹੈ, FIR ਮੇਂ ਲੜਕੀ ਨੇ ਖੁਦ ਇਸ ਚੀਜ਼ ਦੀ ਪੁਸ਼ਟੀ ਕਰੀ ਹੈ ਕਿ ਇੱਕ ਜਬ ਉਸਕੇ ਉੱਪਰ ਅਟੈਕ ਕੀਆ ਗਿਆ ਤਬ 3 ਲੋਕ ਥੇ, ਉਸਕੇ ਬਾਅਦ 7 ਲੋਗੋ ਕੋ ਔਰ ਬੁਲਾਇਆ ਗਿਆ, ਜਬਕਿ ਪੁਲਿਸ 6 ਲੋਗੋ ਕੇ ਉੱਪਰ ਮਾਮਲਾ ਖਤਮ ਕਰ ਰਹੀ ਹੈ। ਇਹ ਕਹਿੰਦੇ ਦੇਖਿਏ, ਪੁਲਿਸ ਕਾ ਕੋਈ ਪਰਸਨਲ ਇੰਟਰਸਟ ਤੋ ਨਹੀਂ ਨਾ ਹੋ ਸਕਤਾ, 10 ਕੋ ਅਗਰ 6 ਕੋ ਪਕੜਾ ਤੋ 10 ਕੋ ਕਿਉਂ ਨਹੀਂ ਪਕੜ ਸਕਤੀ, ਵੋ ਕੋਈ ਜੋ ਬਾਕੀ 4 ਬਚੇ ਹੈ ਵੋ ਪੁਲਿਸ ਕੇ ਰਿਸ਼ਤੇਦਾਰ ਥੋੜਾ ਹੋਂਗੇ, ਪੁਲਿਸ ਕੋ ਕਿਆ ਇਸਮੇ ਪਰਸਨਲ ਬੈਨੀਫਿਟ ਹੋਗਾ ਕਿ 6 ਕੋ ਪਕੜ ਰਹੀ ਹੈ 10 ਕੋ ਕਿਉਂ ਨਹੀਂ ਪਕੜ ਰਹੀ। ਇਹ ਮੈਂ ਇਹ ਆਪਕਾ ਜੋ ਇੱਕ ਪ੍ਰਸ਼ਨ ਹੈ, ਇਹ ਮੁਝੇ ਕੁਛ ਸਮਝ ਮੇਰੀ ਸਮਝ ਸੇ ਪਰੇ ਹੈ ਕਿ ਅਗਰ 10 ਕਾ ਨਾਮ ਹੈ, ਹਾਂ ਮੈਂ ਨਹੀਂ ਕਹਿ ਰਹਾ ਹੂੰ, ਲੜਕੀ ਖੁਦ ਕਹਿ ਰਹੀ ਹੈ ਜਿਸਕੇ, ਅਗਰ ਲੜਕੀ ਆਪਣੀ ਸਟੇਟਮੈਂਟ ਬਦਲ ਰਹੀ ਹੈ ਤੋ ਇਹ ਕਾਮ ਪੁਲਿਸ ਕਾ ਇਨਵੈਸਟੀਗੇਟ ਕਰਨਾ, ਇਹ ਪੁਲਿਸ ਦੇਖੇਗੀ ਕਿ ਅਗਰ ਉਸਨੇ ਸਟੇਟਮੈਂਟ FIR ਮੇਂ ਅਗਰ 10 ਲਿਖਾ ਹੈ ਫਿਰ 6 ਕਿਉਂ। ਆਪਕੋ ਮੈਂ ਹੋਈ ਜਵਾਬ ਦੇ ਰਹੀ ਹੂੰ ਕਿ ਪੁਲਿਸ ਕੇ ਕੋਈ ਰਿਸ਼ਤੇਦਾਰ ਨਹੀਂ ਹੈ ਵੋ ਬਾਕੀ 4, ਪੁਲਿਸ ਕੀ ਆਪਣੀ ਡਿਊਟੀ ਹੈ, ਅਗਰ 10 ਹੋਂਗੇ ਮੈਂ ਵੀ ਲੜਕੀ ਸੇ ਮਿਲੂੰਗੀ ਤੋ ਹਮ ਜਵਾਬ ਪੁਲਿਸ ਸੇ ਹੀ ਮੰਗੇਂਗੇ ਕਿ FIR ਮੇਂ ਇਹ ਲੜਕੀ ਸੇ ਹਮ ਵੀ ਬਾਤ ਕਰੇਂਗੇ, ਮਿਲੇਂਗੇ, ਮੈਂ ਆਪਕੇ ਸਵਾਲ ਕਾ ਜਵਾਬ ਪੱਕਾ ਦੂੰਗੀ, ਅਗਰ 10 ਹੋਂਗੇ ਤੋ 4 ਕਾ ਜਵਾਬ ਇਨਸੇ ਮੰਗਾ। ਬਿਊਰੋ ਰਿਪੋਰਟ, ਲੁਧਿਆਣਾ ਵਿਊ।